हाँ जी, मैं डॉक्टर गगनदीप सिंह ढिल्लों जी, पंजाब स्टेट वैटनरी ऑफिसर अमृतसर एसोसीएशन का प्रेजिडेंट हाँ जी। मैं लगभग सानू डेढ़ महीना हो चलिया जी ये लगातार हड़तालां करदे हुए हैं, जिहड़ियां असीं वख-वख रूप च कीतियां ने, कदे एक दिन की ओपीडी बंद, कदे पेन डाउन स्ट्राइक, कदे असीं एमरजेंसी सेवावां जारी रखियां, कदे असीं अड-अड थावां ते धरने दित्ते, कदे असीं सारे जॉइंट फ्रंट ने इकट्ठे हो के चंडीगढ़ 23 तरीक नूं 23 जुलाई नूं सारे डॉक्टर दे जॉइंट फ्रंट ने, जिस PCMS वाले भी सगे, BDS सगे, होमोपैथी वैटनरी ऑफिसर एसोसीएशन, असी सारे ने लगभग 2500 to 3000 डॉक्टर्स ने रल के जिहड़ा वा चंडीगढ़ CM साहब का घराव करन गए सी, ते उत्थे मोहाली विखे असी धरना दिता सी। उस धरने के मौके पर सानू माणयोग सेहत मंत्री सरदार बलबीर सिंह सिद्धू जी उन्होंने विश्वास दवाया सी, अते धरने दे विच ऐलान किया सीगा कि ताड़ी फाइल असी वक्री रख ली आ, ते 23 तरीक का यह ऐलान सी कि 30 तरीक दे विच 30 तरीक तक असी ताडे सारे मसले हल करके ते तुहानू आपदे तुहानू हुण धरनिआं ते बहिण दी लोड़ नहीं, ताडीआं मंगां असी मन लांगे। पर 30 तरीक तो बाद अज 4 अगस्त हो गई है, एक हफ्ता होर लंघ गया, इस करके असी जिहड़े आ पिछले परसों तो असी जिला हैडकुआटर ते तहसील हैडकुआटर बंद करके सारी सरकार नूं रिपोर्टिंग कामकाज ठप किया होया। अगे जिहड़ियां असी एमरजेंसी सेवावां वगैरह दे रहे सी, अज तो असी अमृतसर जिले दे विच ओह भी एमरजेंसी सेवावां भी बंद कर दित्तियां। सरकार दे नकारमत जिहड़ा रवैया वा, जिहड़ा डॉक्टरां दे प्रति इहनां दा इन्ना माड़ा रवैया वा, जिहड़ी साडी ओह आवाज़ नहीं सुन रही, इस करके असी हुण मजबूर हो गए कि एमरजेंसी सेवावां भी असी बंद कर दित्तियां। ਇਹ ਜੀ ਜਦੋਂ ਮੰਤਰੀ ਸਾਹਿਬ ਨੇ ਉਦੋਂ ਤਾਂ ਸਾਨੂੰ ਇਹ ਵਿਸ਼ਵਾਸ ਹੋ ਗਿਆ ਕਿ ਹਾਂ ਸਾਡੀ ਸਾਈਡ ਜਿਹੜੀ ਆ ਉਹ ਫਾਈਲ ਸਾਈਡ 'ਤੇ ਰੱਖ ਦਿੱਤੀ, ਹੁਣ ਸਾਨੂੰ ਉਹ ਪਤਾ ਲੱਗ ਰਿਹਾ ਕਿ ਉਹ ਪੱਕੀ ਸਾਈਡ 'ਤੇ ਰੱਖ ਦਿੱਤੀ ਆ, ਵੀ ਉਹਦਾ ਅਸੀਂ ਕੁਛ ਨਹੀਂ ਕਰਨਾ, ਇਹ ਸਾਈਡ 'ਤੇ ਪਈ ਹੈ। ਇਹ ਜੀ ਸਾਰਾ ਦਿਨ ਲਗਾਤਾਰ ਰੋਜ਼ ਚੱਲ ਰਹੀ ਹੈ ਜੀ ਹੜਤਾਲ, ਜਿਹੜੀ ਇਹ ਲਗਾਤਾਰ ਚੱਲ ਰਹੀ ਹੈ, ਅੱਗੋਂ ਸਾਡੀ ਜੁਆਇੰਟ ਫਰੰਟ ਜੋ ਵੀ ਸਾਨੂੰ ਅੱਗੇ ਹੁਕਮ ਦੇਵੇਗੀ ਇਹਨੂੰ ਸਟ੍ਰਾਈਕ ਨੂੰ ਹੋਰ ਕਿਤਨਾ ਤਿੱਖੇ ਕਰਨਾ ਵਾ ਉਹ ਅਸੀਂ ਕਰਾਂਗੇ ਜੀ, ਉਹਨਾਂ ਦੇ ਹੁਕਮਾਂ 'ਤੇ ਅਸੀਂ। ਮੇਰਾ ਨਾਮ ਜੀ ਡਾਕਟਰ ਚਰਨਜੀਤ ਸਿੰਘ ਹੈ, ਮੈਂ ਇੱਥੇ ਐਜ਼ ਏ ਸੀਨੀਅਰ ਵੈਟਨਰੀ ਅਫਸਰ ਤੈਨਾਤ ਹਾਂ। ਇਹ ਵੇਖੋ ਜੀ ਮੁੱਦਾ ਕੀ ਹੈ, ਜੋ ਵੀ ਹਾਲਾਤ ਕੀ ਹੈ, ਇਸ ਤੋਂ ਪਹਿਲਾਂ ਬੜੇ ਬੁਲਾਰੇ ਜਿਹੜੇ ਆ ਉਹ ਤੁਸੀਂ ਇੰਟਰਵਿਊ ਲੈ ਚੁੱਕੇ ਹੋ, ਸਾਰਾ ਤੁਹਾਨੂੰ ਪਤਾ ਲੱਗ ਗਿਆ ਕਿ ਅਸਲ ਵਿੱਚ ਕੀ ਕਹਾਣੀ ਹੈ, ਕੀ ਮੁੱਦਾ ਹੈ। ਡੇਢ ਮਹੀਨਾ ਹੋ ਗਿਆ, ਸਾਰੇ ਜਿਹੜੇ ਡਾਕਟਰ ਨੇ, ਹਰੇਕ ਵਰਗ ਦੇ ਡਾਕਟਰ ਨੇ ਜਿਹੜੇ ਉਹ ਸੜਕਾਂ 'ਤੇ ਆ ਗਏ ਨੇ, ਗਲੀਆਂ 'ਚ ਆ ਗਏ ਨੇ, ਆਪਣੇ ਦਫ਼ਤਰ ਉਹਨਾਂ ਨੇ ਬੰਦ ਕਰਵਾ ਦਿੱਤੇ ਨੇ। ਵੇਖੋ ਇਹ ਜਿਹੜਾ ਵਰਗ ਹੈ, ਇਹ ਸਭ ਤੋਂ ਜਿਹੜਾ ਇੰਟਲੈਕਚੁਅਲ ਵਰਡ ਵਰਗ ਹੈ ਜਿਹੜਾ, ਮਤਲਬ ਸੁਸਾਇਟੀ ਦਾ, ਉਹਨੂੰ ਮਤਲਬ ਇਹਨਾਂ ਨੇ ਅੱਖੋਂ ਪਰੋਖੇ ਕਰ ਦਿੱਤਾ, ਉਹਦੀਆਂ ਹੀ ਜਿਹੜੀਆਂ ਤਨਖਾਹਾਂ ਉਹ ਘਟਾਈਆਂ ਜਾ ਰਹੀਆਂ, ਜਿਹੜਾ ਕਿ ਵੇਖੋ ਉਹ ਬੰਦਿਆਂ ਦਾ ਇਲਾਜ ਕਰਦੇ ਨੇ, ਡਾਕਟਰਾਂ ਵਾਲੇ ਡਾਕਟਰ ਜਿਹੜੇ ਬੰਦਿਆਂ ਵਾਲੇ ਆ ਉਹ ਬੰਦਿਆਂ ਦਾ ਇਲਾਜ ਕਰਦੇ ਆ, ਜਾਨਵਰਾਂ ਦੀਆਂ ਮੁਸ਼ਕਲਾਂ ਜਿਹੜੀਆਂ ਉਹ ਅਸੀਂ ਹੱਲ ਕਰਦੇ ਹਾਂ। ਇਹ ਜਿਹੜਾ ਵਰਗ ਹੈ ਇਹ ਸਭ ਤੋਂ ਜਿਹੜਾ ਉੱਤਮ ਵਰਗ ਗਿਣਿਆ ਜਾਂਦਾ ਹੈ ਸਮਾਜ ਕਿਸੇ ਦੇ ਵਿੱਚ ਵੀ, ਅਤੇ ਜੇ ਅਸੀਂ ਇਹਦਾ ਹੀ ਧਿਆਨ ਨਹੀਂ ਕਰਾਂਗੇ ਤਾਂ ਫਿਰ ਜਿਹੜਾ ਉਹ ਲੋਕਾਂ ਦੀਆਂ ਮੁਸ਼ਕਲਾਂ ਜਿਹੜੀਆਂ ਆਉਣਗੀਆਂ, ਚਾਹੇ ਉਹ ਜਾਨਵਰਾਂ ਦੀਆਂ ਹੋਣ ਚਾਹੇ ਉਹ ਬੰਦਿਆਂ ਦੀਆਂ ਹੋਣ, ਉਹ ਇਹਨਾਂ ਸਰਕਾਰ ਦੀ ਹੀ ਜ਼ਿੰਮੇਵਾਰੀ ਹੋਏਗੀ। ਅਤੇ ਬਾਕੀ ਇਹ ਜੋ ਲਾਰਾ ਲੱਪਾ ਸਰਕਾਰ ਦਾ ਚੱਲ ਰਿਹਾ, ਇਹ ਮੈਨੂੰ ਨਹੀਂ ਲੱਗਦਾ ਕਿ ਇਹ ਇਸ ਤਰ੍ਹਾਂ ਇਹ ਲਾਰਾ ਲੱਪਾ ਕੰਟੀਨਿਊ ਕਰ ਸਕਦੇ ਆ, ਕਿਉਂਕਿ ਜੇ ਇਹ ਲਾਰਾ ਲੱਪਾ ਲਾ ਸਕਦੇ ਆ ਤਾਂ ਜਿਹੜੇ ਸਾਡੇ ਮੁਲਾਜ਼ਮ ਵਰਗ ਹੈ ਉਹ ਵੀ ਸੰਘਰਸ਼ ਕਰਨਾ ਜਾਣਦੇ ਆ, ਕਿਉਂਕਿ ਉਹ ਫਿਰ ਇਸ ਤੋਂ ਵੀ ਜਿਹੜਾ ਅਸੀਂ ਉਹ ਸੰਘਰਸ਼ ਨੂੰ ਤੇਜ਼ੀ 'ਚ ਲਿਆਵਾਂਗੇ ਅਤੇ ਸਰਕਾਰ ਨੂੰ ਪਤਾ ਲੱਗ ਜਾਏਗਾ ਕਿ ਇਹ ਜਿਹੜਾ ਇਸ ਤਰ੍ਹਾਂ ਕਿਵੇਂ ਲਾਰਾ ਲੱਪਾ ਲਾਈਦਾ। ਸੋ ਇਹਨਾਂ ਸ਼ਬਦਾਂ ਦੇ ਨਾਲ ਹੀ ਮੈਂ ਧੰਨਵਾਦ ਕਰਦਾ ਹਾਂ।